ਚੋਣ ਫੰਡ ਦੇ ਮਾਮਲੇ ਸੁਪਰੀਮ ਕੋਰਟ ਨੇ SBI ਨੂੰ 21 ਮਾਰਚ ਨੂੰ ਸ਼ਾਮ 5 ਵਜੇ ਤੱਕ ਦੀ ਡੈਡਲਾਈਨ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਲੈਕਟੋਰਲ ਬੌਂਡ ਨਾਲ ਜੁੜੀ ਹਰ ਜਾਣਕਾਰੀ ਦਾ ਖੁਲਾਸਾ ਕਰੋ, ਕੁਝ ਵੀ ਲੁਕਾਇਆ ਨਾ ਜਾਵੇ, ਸਭ ਕੁਝ ਜਨਤਕ ਕੀਤਾ ਜਾਵੇ। ਇਸ ਦੇ ਨਾਲ ਹੀ SBI ਨੂੰ ਹਲਫਨਾਮਾ ਦੇਣ ਦੇ ਵੀ ਹੁਕਮ ਜਾਰੀ ਹੋਏ ਨੇ। ਅਧੂਰੀ ਜਾਣਕਾਰੀ ਦੇਣ 'ਤੇ ਸੁਪਰੀਮ ਕੋਰਟ ਨੇ SBI ਨੂੰ ਝਾੜ ਲਾਉਂਦਿਆਂ ਕਿਹਾ ਕਿ ਆਦੇਸ਼ ਦੇ ਬਾਵਜੂਦ SBI ਨੇ ਯੂਨੀਕ ਨੰਬਰ ਜਨਤਕ ਨਹੀਂ। ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅੱਜ ਫਿਰ ED ਅੱਗੇ ਪੇਸ਼ ਨਹੀਂ ਹੋਏ। ਦਿੱਲੀ ਜਲ ਬੋਰਡ ਦੇ ਮਾਮਲੇ 'ਚ ED ਨੇ ਕੇਜਰੀਵਾਲ ਨੂੰ ਤਲਬ ਕੀਤਾ ਸੀ। ਆਮ ਆਦਮੀ ਪਾਰਟੀ ਨੇ ED ਦੇ ਸੰਬੰਧ ਨੂੰ ਗੈਰ ਕਾਨੂੰਨੀ ਦੱਸਿਆ। ਆਪ ਨੇ ਕਿਹਾ ਕਿ ਜਦੋਂ ਕੋਰਟ ਤੋਂ ਜ਼ਮਾਨਤ ਮਿਲੀ ਹੈ ਤਾਂ ED ਵਾਰ ਵਾਰ ਸੰਬੰਧ ਕਿਉਂ ਭੇਜ ਰਹੀ ਹੈ। ਆਪ ਨੇ ਸਵਾਲ ਕੀਤਾ ਕਿ ED ਪਿੱਛੇ ਲੁੱਕ ਕੇ BJP ਕਿਉਂ ਚੋਣ ਲੜਨਾ ਚਾਹੁੰਦੀ ਹੈ। ED ਨੇ ਸ਼ਨੀਵਾਰ ਨੂੰ ਕੇਜਰੀਵਾਲ ਨੂੰ ਸੰਮਨ ਭੇਜਿਆ। ਰਾਹੁਲ ਗਾਂਧੀ ਦੇ ਸ਼ਕਤੀ ਖਿਲਾਫ ਲੜਨ ਵਾਲੇ ਬਿਆਨ ਤੇ ਸਿਆਸੀ ਕਮਾਸਾਨ ਛਿੜ ਗਿਆ। PM ਮੋਦੀ ਨੇ ਰਾਹੁਲ ਗਾਂਧੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਵਿਰੋਧੀਆਂ ਦੀ ਲੜਾਈ ਸ਼ਕਤੀ ਦੇ ਖਿਲਾਫ ਹੈ, ਅਸੀਂ ਸ਼ਕਤੀ ਦੀ ਪੂਜਾ ਕਰਨ ਵਾਲੇ ਲੋਕ ਹਾਂ ਤੇ ਇਸ ਸ਼ਕਤੀ ਨੂੰ ਖਤਮ ਕਰਨ ਦੀ ਗੱਲ ਕਹਿ ਰਹੇ ਨੇ। PM ਨੇ ਕਿਹਾ ਕਿ ਸਾਡੇ ਲਈ ਹਰ ਮਾਂ ਬੇਟੀ ਸ਼ਕਤੀ ਦਾ ਰੂਪ ਹੈ ਤੇ ਸ਼ਕਤੀ ਨੂੰ ਬਚਾਉਣ ਲਈ ਅਸੀਂ ਜ਼ਿੰਦਗੀ ਖਪਾ ਦੇਵਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਸਿਆਸੀ ਹਲਚਲ ਵੱਧਦੀ ਜਾ ਰਹੀ ਹੈ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। 22 ਮਾਰਚ ਨੂੰ ਦੁਪਹਿਰੇ 2:30 ਵਜੇ ਚੰਡੀਗੜ੍ਹ ਦਫ਼ਤਰ 'ਚ ਮੀਟਿੰਗ ਹੋਏਗੀ। ਬੈਠਕ 'ਚ ਲੋਕ ਸਭਾ ਉਮੀਦਵਾਰਾਂ 'ਤੇ ਚਰਚਾ ਹੋਏਗੀ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਮੰਥਨ ਹੋਏਗਾ। ਉਧਰ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਦੀ ਮੁੱਖ ਮੰਤਰੀ ਨਾਲ ਹੋਈ ਮੁਲਾਕਾਤ ਨਾਲ ਵੀ ਸਿਆਸੀ ਪਾਰਾ ਚੜਿਆ ਹੋਇਆ। ਮੁਲਾਕਾਤ ਨੂੰ ਲੈ ਕੇ ਡਾਕਟਰ ਸੁੱਖੀ ਦੀ ਸਫਾਈ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇੱਕ ਆਮ ਮੁਲਾਕਾਤ ਸੀ, ਮੈਂ ਬੰਗਾ 'ਚ ਮੈਡੀਕਲ ਕਾਲਜ ਬਣਾਉਣ ਲਈ CM ਨੂੰ ਮਿਲਿਆ ਸੀ। ਆਪ 'ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਨੂੰ ਖਾਰਜ ਕਰਦਿਆਂ ਡਾਕਟਰ ਸੁੱਖੀ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਸੱਚਾ ਸਿਪਾਹੀ ਹਾਂ ਤੇ ਹਮੇਸ਼ਾ ਰਹਾਂਗਾ। ਆਪ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਲੈ ਕੇ ਪੰਜਾਬ BJP ਵੱਲੋਂ ਵੱਡਾ ਦਾਅਵਾ ਕੀਤਾ ਗਿਆ। BJP ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪ ਦੇ ਐਲਾਨੇ ਗਏ 8 ਉਮੀਦਵਾਰਾਂ ਨੂੰ ਬਦਲਿਆ ਜਾ ਸਕਦਾ ਹੈ। ਜਾਖੜ ਨੇ ਦਾਅਵਾ ਕੀਤਾ ਕਿ ਆਪ ਦੀ ਕਾਂਗਰਸ ਨਾਲ ਅੰਦਰ ਖਾਤੇ ਗੱਠਜੋੜ ਦੀ ਗੱਲਬਾਤ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਇਲਜ਼ਾਮ ਲਾਏ ਕਿ ਆਪ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਮੁਕੇਰੀਆਂ 'ਚ ਬਦਮਾਸ਼ ਰਾਣਾ ਮਨਸੂਰਪੁਰੀਆ ਦੀ ਭਾਲ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਰਾਣੇ ਦੇ ਕੰਢੀ ਇਲਾਕੇ ਦੇ ਜੰਗਲਾਂ 'ਚ ਲੁਕੇ ਹੋਣ ਦੀ ਖਬਰ ਹੈ। ਪੁਲਿਸ ਵੱਲੋਂ ਜੰਗਲਾਂ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਮੁਕੇਰੀਆਂ, ਦਸੂਆ, ਹਾਜ਼ੀਪੁਰ, ਗੜਤੀਵਾਲਾ ਤੇ ਤਲਵਾੜਾ ਦੀ ਪੁਲਿਸ ਟੀਮ ਸਰਚ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਮੁਲਜ਼ਮ ਰਾਣਾ ਤੇ 25,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ। ਚੰਡੀਗੜ੍ਹ ਦੇ ਇੱਕ ਰਿਟਾਇਰਡ ਪੁਲਿਸ ਇੰਸਪੈਕਟਰ ਨਾਲ 20 ਲੱਖ ਦੀ ਠੱਗੀ ਕਰਨ ਦੇ ਮਾਮਲੇ 'ਚ 2 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਗ੍ਰਿਫਤਾਰੀ ਵੈਸਟ ਬੰਗਾਲ ਤੋਂ ਹੋਈ ਹੈ। ਸਾਈਬਰ ਠੱਗਾਂ ਨੇ ਮੋਬਾਈਲ ਹੈਕ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਲਿਵਿੰਗ ਸਰਟੀਫਿਕੇਟ ਬਹਾਨੇ ਪੂਰੀ ਡਿਟੇਲ ਲਈ ਤੇ ਫਿਰ 20 ਲੱਖ ਰੁਪਏ ਖਾਤੇ 'ਚ ਉਡਾ ਲਏ। ਠੱਗਾਂ ਤੋਂ ਮੋਬਾਈਲ ਫੋਨ, ਕ੍ਰੈਡਿਟ ਕਾਰਡ ਤੇ ਕਈ ਸਿਮ ਕਾਰਡ ਵੀ ਬਰਾਮਦ। ਚੋਣ ਜਾਬਤਾ ਲੱਗਣ ਤੋਂ ਬਾਅਦ ਮੋਗਾ ਪ੍ਰਸ਼ਾਸਨ ਐਕਸ਼ਨ ਮੋਡ 'ਚ ਹੈ। ਮੋਗਾ 'ਚ ਸਿਆਸੀ ਪਾਰਟੀਆਂ ਦੇ ਬੈਨਰ ਤੇ ਪੋਸਟਰ ਹਟਾਉਣੇ ਸ਼ੁਰੂ ਹੋ ਗਏ ਨੇ। ਇਸ ਨੂੰ ਲੈ ਕੇ DC ਮੋਗਾ ਨੇ ਕਿਹਾ ਕਿ ਜਾਬਤਾ ਲੱਗਣ ਦੇ 72 ਘੰਟਿਆਂ ਦੇ ਅੰਦਰ ਅੰਦਰ ਇਹ ਸਾਰੇ ਬੈਨਰ ਪੋਸਟਰ ਹਟਾਏ ਜਾਣਗੇ। DC ਨੇ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਸੜਕਾਂ 'ਤੇ ਲੱਗੇ ਬੈਨਰਾਂ ਨੂੰ ਉਤਾਰ ਲੈਣ। ਇਸ ਤੋਂ ਇਲਾਵਾ DC ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਗਾ 'ਚ 444 ਥਾਵਾਂ 'ਤੇ 804 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਣਾ ਸ਼ਹਿਰ ਤੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਨੇ। ਪੰਜਾਬ 'ਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਇਹ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਨੇ। ਸਮਾਣਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਅਸਲਾ ਧਾਰਕ 22 ਮਾਰਚ ਤੱਕ ਆਪਣੇ ਹਥਿਆਰ ਪੁਲਿਸ ਥਾਣੇ ਜਾਂ ਗਨ ਹਾਊਸ 'ਚ ਜਮ੍ਹਾਂ ਕਰਵਾ। ਮੋਹਾਲੀ ਪੁਲਿਸ ਚੋਰਾਂ ਨੂੰ ਲੈ ਕੇ ਸਖ਼ਤ ਨਜ਼ਰ ਆ ਰਹੀ ਹੈ। ਮੋਹਾਲੀ ਦੇ DC ਆਸ਼ਿਕਾ ਜੈਨ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਤੇ ਪੁਲਿਸ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਜ਼ਿਲ੍ਹੇ 'ਚ
ਲਾਅ ਐਂਡ ਆਰਡਰ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ। ਸਟੇਟ ਅਤੇ ਇੰਟਰ ਸਟੇਟ ਨਾਕੇ ਲਾਏ ਜਾ ਰਹੇ ਨੇ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਮਿਨੋਰਟੀ ਸੈੱਲ ਬਣਾਏ ਜਾਣਗੇ ਅਤੇ ਇਸ ਲਈ ਸਾਰੇ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ। ਜਗਰਾਓ 'ਚ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ 'ਚ ਪੁਲਿਸ ਨੇ ਇੱਕ ਲੜਕੇ ਨੂੰ ਕਾਬੂ ਕੀਤਾ। ਮੁਲਜ਼ਮ ਲੜਕੇ ਨੇ ਲੜਕੀ ਦੇ ਪ੍ਰੇਮੀ ਦੇ ਕਹਿਣ 'ਤੇ ਇਸ ਦੀਆਂ ਤਸਵੀਰਾਂ ਦੇ ਫਲੈਕਸ ਲਗਾ ਕੇ ਉਸਦੇ ਘਰ ਦੇ ਬਾਹਰ ਲਾ ਦਿੱਤੇ। ਲੜਕੀ ਦੇ ਪ੍ਰੇਮੀ ਇਕੱਠੇ ਲੈਬੋਰਟਰੀ 'ਚ ਕੰਮ ਕਰਦੇ ਸੀ, ਪਰ ਪ੍ਰੇਮੀ ਨੇ ਮਲੇਸ਼ੀਆ ਜਾ ਕੇ ਵਿਆਹ ਕਰਵਾ ਲਿਆ। ਕੁਝ ਸਮੇਂ ਬਾਅਦ ਪ੍ਰੇਮੀ ਨੇ ਲੜਕੀ ਨੂੰ ਮਲੇਸ਼ੀਆ ਸੱਦ ਕੇ ਵਿਆਹ ਕਰਵਾਉਣ ਦੀ ਗੱਲ ਕਹੀ, ਪਰ ਲੜਕੀ ਨੇ ਮਨਾ ਕਰ ਦਿੱਤਾ। ਇਸ ਗੱਲ ਦੀ ਖਾਰ ਨੂੰ ਲੈ ਕੇ ਪ੍ਰੇਮੀ ਨੇ ਲੜਕੀ ਨੂੰ ਬਦਨਾਮ ਕਰਦੀ ਸਾਜਿਸ਼। ਅਜਨਾਲਾ ਦੇ ਪਿੰਡ ਰਾਏਪੁਰ ਖੁਰਦ 'ਚ ਪਿੰਡ ਵਾਸੀਆਂ ਨੇ ਇੱਕ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜੋ ਟਰਾਂਸਫਾਰਮਰਾਂ ਤੋਂ ਤਾਰਾਂ ਚੋਰੀ ਕਰਦੇ ਸੀ। ਪਿੰਡ ਵਾਸੀਆਂ ਨੇ ਚੋਰਾਂ ਨੂੰ ਰਾਤ ਦੇ ਸਮੇਂ ਰੰਗੇ ਹੱਥੀ ਤਾਰਾਂ ਸਮੇਤ ਕਾਬੂ ਕੀਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਜਲੰਧਰ ਪੁਲਿਸ ਨੂੰ ਨਸ਼ਿਆਂ ਖਿਲਾਫ਼ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 2 ਕਿਲੋ ਅਫੀਮ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ 'ਚ ਇੱਕ ਮਹਿਲਾ ਵੀ ਸ਼ਾਮਿਲ ਹੈ। ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਸੂਰਿਆ ਐਨਕਲੇਵ 'ਚ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਦੋਹਾਂ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਇਹਨਾਂ ਕੋਲੋਂ 2 ਕਿਲੋ ਅਫੀਮ ਬਰਾਮਦ। ਫਤਿਹਾਬਾਦ ਦੇ ਆਇਆਲਕੀ ਪਿੰਡ 'ਚ ਚੋਰਾਂ ਨੇ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਚੋਰ ਗੋਲਕ ਤੋੜ ਕੇ 40,000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਇਸ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਪੰਡਿਤ ਸਵੇਰ ਵੇਲੇ ਮੰਦਰ ਪਹੁੰਚੇ ਤਾਂ ਦੇਖਿਆ ਕਿ ਮੰਦਰ ਦਾ ਗੇਟ ਖੁੱਲਿਆ ਹੈ। ਮੰਦਰ ਕਮੇਟੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਲੁਧਿਆਣਾ ਦੀ ਕੋਚਰ ਮਾਰਕੀਟ 'ਚ ਬੀਤੇ ਦਿਨੀ ਇੱਕ ਪਰਿਵਾਰ ਤੋਂ ਲੁਟੇਰੇ ਕਾਰ ਖੋਹ ਕੇ ਲੈ ਗਏ। ਇਸ ਤੋਂ ਬਾਅਦ ਪੁਲਿਸ ਨੇ 4 ਮੋਸਟ ਵਾਂਟਡ ਦੀਆਂ ਤਸਵੀਰਾਂ ਜਾਰੀ ਕੀਤੀਆਂ। ਤਸਵੀਰਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਰੀ ਕੀਤੀਆਂ। ਪੁਲਿਸ ਨੇ ਮੁਲਜ਼ਮਾਂ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ। ਲੁਟੇਰਿਆਂ ਨੇ ਕਾਰ ਸਣੇ ਕਾਰ 'ਚ ਬੈਠੀ ਮਹਿਲਾ ਨੂੰ ਵੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।